ਤਦ ਨਾਬਾ ਬਲੌਕ ਦੇ ਪਿੰਡ ਨਾਨੂਕੀ ਵਿਖੇ ਪਹੁੰਚੇ ਸੰਤ ਬਾਬਾ ਰਣਜੀਤ ਸਿੰਘ ਟਰੜੀਆਂ ਵਾਲਿਆਂ ਨੇ ਇੱਕ ਵਾਰ ਫਿਰ ਬਾਦਲਾਂ ਤੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਨੇ ਕੋਟਕਪੂਰਾ ਗੋਲੀकांड ਅਤੇ ਪੰਜਾਬ ਵਿੱਚ ਹੋਈਆਂ ਬੇਅਦਬੀ ਤੇ ਬੋਲਦਿਆਂ ਆਖਿਆ ਕਿ ਬਾਦਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਆਖਿਆ ਕਿ ਇਹ ਸਭ ਬਾਦਲਾਂ ਦੇ ਕਹਿਣ ਤੇ ਹੀ ਹੋਇਆ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਸਰਸੇਵਾਲੇ ਬਾਬੇ ਨੂੰ ਬਚਾਉਣ ਲਈ ਬਾਦਲਾਂ ਨੇ ਸਭ ਕੁਝ ਕਰਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਟ ਦੀ ਜਾਂਚ ਹੁਣ ਤੱਕ ਚੱਲ ਰਹੀ ਹੈ ਪਰ ਇਹ ਸਭ ਇੱਕੋ 31 ਦੇ ਛੱਟੇ-ਵੱਟੇ ਹੁੰਦੇ ਨੇ। ਉਹ ਜਾਣਾ ਚਾਹੀਦਾ ਜੀ ਜਿਹੜੇ ਹਿਸਾਬ ਨਾਲ ਸਾਹਮਣੇ ਆ ਰਿਹਾ ਸਾਰਾ ਕੁਝ ਤੇ ਉਹਨਾਂ ਦੇ ਆਰਡਰ ਤੋਂ ਬਿਨਾਂ ਤਾਂ ਕੁਝ ਹੋਇਆ ਨਹੀਂ ਤੇ ਆਪਾਂ ਤਾਂ ਪਹਿਲਾਂ ਤੋਂ ਕਹਿੰਦੇ ਸੀ ਵੀ ਉਹਨਾਂ ਦਾ ਵਿੱਚ ਹੱਥ ਹੈਗਾ ਆ ਉਹਨਾਂ ਨੇ ਸਰਸੇ ਵਾਲੇ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਸ ਵੇਲੇ ਉਹ ਇਲੈਕਸ਼ਨ ਨੇੜੇ ਸੀ ਤੇ ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਤਾਂ ਕਮਲੇ ਹੀ ਨੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਕੁੱਟ ਲੋ ਫੇਰ ਫੇਰ ਲੁੱਟ ਲੋ ਪੰਥ ਦੇ ਬੰਦਿਆਂ ਨੂੰ ਕੁੱਟੀ ਵੀ ਜਾਓ ਲੁੱਟੀ ਵੀ ਜਾਓ ਮੁੜ ਕੇ ਪੰਥ ਦਾ ਵਾਸਤਾ ਪਾ ਕੇ ਫਿਰ ਫਿਰ ਵੋਟਾਂ ਮੰਗ ਲਓ ਸੋ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਿੱਖਾਂ ਨੂੰ ਕਮਲੇ ਕਰਨਾ ਤਾਂ ਸੌਖਾ ਹੀ ਇਹ ਤਾਂ ਸਾਡੀਆਂ ਹੀ ਭੇਡਾਂ ਨੇ ਜਦੋਂ ਮਰਜ਼ੀ ਮੋਨ ਲਓ ਪ੍ਰੋਬਲਮ ਸੀਗੀ ਕਿ ਉਹਨੂੰ ਖੁਸ਼ ਕਰਨਾ ਹੈ ਹੈਨਾ ਸਾਡੇ ਬੰਦੇ ਤਾਂ ਖੁਸ਼ ਹੀ ਨੇ ਉਹਨਾਂ ਨੂੰ ਖੁਸ਼ ਕਰਨਾ ਸੀ ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਨਹੀਂ ਉਹ ਫਿਰ ਟਾਈਮ ਤਾਂ ਲੱਗਣਾ ਹੀ ਹੈ ਜੀ ਚਲੋ ਆਪਾਂ ਨਹੀਂ ਇਹ ਗੱਲ ਕਹਿ ਸਕਦੇ ਪਰ ਜਿੱਥੇ ਤੱਕ ਚੱਲ ਰਹੀ ਹੈ ਜੇ ਤੱਕ ਤਾਂ ਠੀਕ ਹੈ ਅੱਗੇ ਵੀ ਰਹਿੰਦੀ ਜਿਹੜੀ ਗੱਲ ਹੋਵੇ ਕਾਰਵਾਈਆਂ ਹੋਣ ਬਾਕੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਸਾਰੇ ਹੈਗੇ ਤਾਂ ਇੱਕੋ ਹੀ ਥਾਲੀ ਦੇ ਚੱਟੇ ਵੱਡੇ ਨੇ ਨਾ ਵੀ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੋਈ ਸਾਹਮਣੇ ਆ ਜਾਊਗਾ ਪਰ ਉਮੀਦ ਚੰਗੀ ਕੀਤੀ ਜਾ ਸਕਦੀ ਜਿੱਥੇ ਤੱਕ ਹੋਣਗੇ ਐਨਾ ਵੀ ਠੀਕ ਹੈ